ਲੋਕ ਖੜੇ ਨੇ, ਕੋਈ ਜਾਣਨਾ ਚਾਹੁੰਦਾ ਕਿ ਪੁਲਿਸ ਵੱਲੋਂ 9 ਘੰਟਿਆਂ ਦੀ 8 ਤੋਂ 10 ਦੇ ਵਿੱਚ ਵਿੱਚ ਕਹਿ ਸਕਦੇ ਹਾਂ 9 ਘੰਟੇ ਜਾਂ ਪੁਲਿਸ ਉਹ ਫੜਾਇਆ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ। ਸਿਰਫ ਲੱਖ ਰੁਪਏ ਦੱਸੇ ਜਾ ਰਹੇ ਆ, ਤਾਂ 8 ਕੁੜੀਆਂ ਤੇ 5 ਮੁੰਡੇ ਦੱਸੇ ਜਾ ਰਹੇ, ਤਾਂ ਫਿਰ ਵੀ 8 ਘੰਟੇ 10 ਘੰਟੇ 9 ਘੰਟੇ ਅਸੀਂ ਵਿੱਚ ਕਹਿ ਸਕਦੇ ਹਾਂ। ਕੋਈ 8 ਘੰਟੇ ਕਹਿ ਰਿਹਾ ਹੋ ਚੁੱਕਿਆ, ਕੋਈ ਕਹਿੰਦਾ 10 ਘੰਟੇ, ਯਾਨੀ ਕਿ ਲੱਗਾ ਕਿ ਹੁਣ ਉਹਨੇ ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ, ਕੀ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ, ਉਸੇ ਵੇਲੇ ਕਾਰਵਾਈ ਕੀਤੀ ਗਈ? ਨਹੀਂ, ਇਸ ਬਾਰੇ ਮੈਨੂੰ ਨਹੀਂ ਪਤਾ। ਮੈਮ ਪੈਸੇ ਕਿੰਨੇ ਬਰਾਮਦ ਹੋਏ? ਕਿੰਨੇ ਪੈਸੇ ਬਰਾਮਦ ਹੋਏ ਇਹ ਸਾਨੂੰ ਅਸੀਂ ਤਫਤੀਸ਼ ਕਰ ਰਹੇ ਹਾਂ, ਤੁਹਾਨੂੰ ਕੱਲ ਜਿਹੜੀ ਹੈ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ। ਕਾਇੰਡਲੀ ਸਾਡਾ ਕੰਟੈਕਟ ਕੀਤਾ ਜਾਏ, ਹੋ ਗਈ ਹੈ ਔਰ ਕਿਤਾਬੀ ਕਿੰਨੇ ਪੈਸੇ ਬਰਾਮਦ ਹੋਏ ਨੇ? ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੋਂ ਬਰਾਮਦ ਹੋਇਆ ਗੱਲੇ ਚ। ਉਸ ਬਾਰੇ ਮੈਨੂੰ ਨਹੀਂ ਪਤਾ, ਮੈਨੂੰ ਇਹਦੇ ਬਾਰੇ ਪਤਾ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਬਾਕੀ ਤੁਹਾਨੂੰ ਕੱਲ ਰੇਟ ਕਿੰਨੀ ਦੇਰ ਚੱਲਦੀ ਰਹੀ ਮੈਡਮ?